ਮੇਰੀ ਬੀਬੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਬਾਦਸ਼ਾਹ ਸ਼ਾਹਜਹਾਨ ਨੇ ਭਰੀ ਹੋਈ ਕਚਹਿਰੀ ਵਿੱਚ ਨੰਗੀ ਤਲਵਾਰ ਔਰ ਪਾਣ ਦਾ ਬੀੜਾ ਰੱਖ ਕੇ ਆਖਿਆ, ਜਿਹੜਾ ਸਤਿਗੁਰਾਂ ਨੂੰ ਸ਼ਹੀਦ ਕਰੇ ਜਾਂ ਫੜ ਕੇ ਲਿਆਵੇ ਉਹਦਾ ਮੁਰਾਦਮਾ ਜਿਹੜਾ ਹੈ ਉਹਦਾ ਬੀੜਾ ਡਬਲ ਕਰ ਦੇਵਾਂ। ਇਹ ਗੱਲ ਸੁਣ ਕੇ ਲਲਾ ਬੇਗ ਨਾਮ ਦਾ ਇੱਕ ਪਠਾਨ ਜਿਹੜਾ ਕਾਬਲ ਦੇ ਰਹਿਣ ਵਾਲਾ ਇਸਨੇ ਬਾਦਸ਼ਾਹ ਨੂੰ ਆਖਿਆ ਵੀ ਇਹ ਸੇਵਾ ਮੈਂ ਕਰ ਸਕਦਾ, ਮੈਂ ਇਹ ਕੰਮ ਕਰ ਦੇਵਾਂ। ਬਾਦਸ਼ਾਹ ਨੇ ਇਸ ਨੂੰ ਬਹੁਤ ਬੋਲੇ ਜਿਹੜੇ ਸੁਣਦੇ ਨੇ ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਬਹੁਤ ਜ਼ਿਆਦਾ ਇਨਾਮ ਇਸ ਨੂੰ ਤੁਰਨ ਤੋਂ ਪਹਿਲਾਂ ਦਿੰਦੇ। ਇੱਕ ਇਹਦਾ ਭਰਾ ਤੇ ਦੋ ਇਹਦੇ ਪੁੱਤਰ ਤੇ ਇੱਕ ਭਾਣਜਾ, ਇਹ ਪੰਜ ਵਿਅਕਤੀ ਫੌਜ ਦੇ ਜਰਨੈਲ ਬਣਾ ਕੇ 35,000 ਦੀ ਗਿਣਤੀ ਵਿੱਚ ਫੌਜ ਦੇ ਕੇ ਸਤਿਗੁਰਾਂ ਨੂੰ ਫੜਨ ਵਾਸਤੇ ਜਾਂ ਮਾਰਨ ਵਾਸਤੇ ਤੋਰਨ ਲੱਗਾ। ਲਲਾ ਬੇਗ ਨੇ ਤਿਆਰੀ ਕੀਤੀ ਹੈ, ਇੰਨੇ ਚਿਰ ਨੂੰ ਬਾਦਸ਼ਾਹ ਦਾ ਸੁਨੇਹਾ ਆ ਗਿਆ ਕਿ ਲਲਾ ਬੇਗ ਬਹੁਤੀ ਦੇਰ ਨਹੀਂ ਲਾਉਣੀ ਹੈ, ਸਾਡੇ ਦੇਰ ਲਾਉਣ ਨਾਲ ਹੋ ਸਕਦਾ ਗੁਰੂ ਜੰਗਲ ਵਿੱਚ ਮੁੱਕ ਜਾਵੇ ਜਾਂ ਦੇਰ ਲਾਉਣ ਨਾਲ ਹੋ ਸਕਦਾ ਗੁਰੂ ਫੌਜ ਇਕੱਠੀ ਕਰ ਲਵੇ, ਆਪਾਂ ਨੂੰ ਨੁਕਸਾਨ ਦੇ ਰਹੇ। ਇਸ ਤਰ੍ਹਾਂ ਸੁਨੇਹਾ ਮਿਲਿਆ ਲਲਾ ਬੇਗ ਨੂੰ ਵੀ ਆਪਾਂ ਇਤਿਹਾਸ ਪਿੱਛੇ ਸਰਵਣ ਕੀਤਾ, ਜਿਹਨੇ ਗੁਰੂ ਕਿਰਪਾ ਕਰਦਾ ਬੜੀ ਭਾਵਨਾ ਨਾਲ ਲੱਗੀ ਹੈ। ਮਿਲ ਕੇ ਸ੍ਰੀ ਵਾਹਿਗੁਰੂ ਸਾਹਿਬ ਜੀ। ਉਸ ਵੇਲੇ ਜਦੋਂ ਬਾਦਸ਼ਾਹ ਦਾ ਸੁਨੇਹਾ ਮਿਲਿਆ ਕਿ ਲਲਾ ਬੇਗ ਬਹੁਤਾ ਸਮਾਂ ਨਹੀਂ ਲਾਉਣਾ ਛੇਤੀ ਨਾਲ ਪਹੁੰਚਣਾ, ਇਹ ਗੱਲ ਸੁਣ ਕੇ ਲਲਾ ਬੇਗ ਫਿਰ ਉਸ ਬਾਦਸ਼ਾਹ ਦੇ ਆਏ ਹੋਏ ਵਿਅਕਤੀ ਨੂੰ ਜਿਹੜਾ ਸੁਨੇਹਾ ਲੈ ਕੇ ਆਇਆ ਉਹਨੂੰ ਇਸ ਤਰ੍ਹਾਂ ਕੋਈ ਜਵਾਬ ਦੇਣ ਲੱਗਾ ਹੈ। ਕਹਿਣ ਲੱਗਾ ਕੀ ਹੋ ਗਿਆ, ਜੇ ਸਮਾਂ ਵੀ ਲੱਗ ਜਾਏਗਾ ਗੁਰੂ ਜਿੱਥੋਂ ਤੱਕ ਜਾ ਸਕਦਾ ਚਲਾ ਜਾਵੇ, ਇਹਨੂੰ ਹੰਕਾਰ ਇੰਨਾ ਮਨ ਦੇ ਵਿੱਚ। ਕਹਿਣ ਲੱਗਾ ਗੁਰੂ ਚਲਾ ਕਿੱਥੇ ਜਾਏਗਾ, ਕਿੰਨਾ ਕੁ ਦੂਰ ਚਲਾ ਜਾਏਗਾ, ਕਿੱਥੇ ਚਲਾ ਜਾਏਗਾ, ਜਿੱਥੇ ਗੁਰੂ ਜਾ ਸਕਦਾ ਜਿੱਥੇ ਗੁਰੂ ਦੀ ਪਹੁੰਚ ਹੈ। ਬਾਦਸ਼ਾਹ ਨੂੰ ਜਾ ਕੇ ਹੌਸਲਾ ਦਿਓ, ਬਾਦਸ਼ਾਹ ਸਲਾਮਤ ਫਿਕਰ ਨਾ ਕਰ, ਗੁਰੂ ਕਿੱਥੇ ਮਰਜ਼ੀ ਚਲਾ ਜਾਵੇ ਮੈਂ ਛੱਡਾਂਗਾ ਨਹੀਂ, ਜਿੱਥੇ ਵੀ ਗੁਰੂ ਹੋਵੇ ਦਾ ਲੱਭ ਲੈਣਾ ਹੈ। ਦੁਸ਼ਮਣ ਅਲਪ ਜਾਏ ਜੀ ਲੀਜੈ, ਇਸ ਕਰਕੇ ਦੁਸ਼ਮਣ ਥੋੜੇ ਨੇ ਤੇ ਮੇਰੀ ਫੌਜ ਵੱਡੀ ਹੈ, ਜਿੰਨੀ ਮੈਂ ਦੇਰੀ ਲਾਵਾਂਗਾ ਇੰਨੀ ਉਹਨਾਂ ਨੂੰ ਜ਼ਿੰਦਗੀ ਮਿਲਣੀ ਹੈ, ਤੇ ਜੇ ਮੇਰੀ ਦੇਰ ਲਾਉਣ ਕਰਕੇ ਉਹਨਾਂ ਨੂੰ ਕੋਈ ਦੋ ਚਾਰ ਸਾਹ ਵੱਧ ਆ ਜਾਣਗੇ ਕੋਈ ਘੰਟਾ ਜ਼ਿੰਦਗੀ ਵੱਧ ਜੀ ਲੈਣਗੇ ਵਿਚਾਰੇ, ਇਹ ਮੈਂ ਉਹਨਾਂ ਦੇ ਬਾਰੋ ਪਕਾਰ ਕਰਾਂਗਾ। ਜੇ ਮੈਨੂੰ ਸਮਾਂ ਲੱਗ ਵੀ ਗਿਆ ਉਹ ਮੇਰਾ ਜਿਹੜਾ ਸਮਾਂ ਲੱਗਣਾ ਹੈ ਦੁਸ਼ਮਣ ਨੂੰ ਉਧਾਰੀ ਜ਼ਿੰਦਗੀ ਦਿੱਤੀ ਹੈ ਮੈਂ, ਜਿੰਨਾ ਚਿਰ ਚਾਹੁੰਦੇ ਵਿਚਾਰੇ ਮੇਰੇ ਪਹੁੰਚਣ ਤੱਕ ਜੂ ਲੈਣਾ ਕਰਨਾ। ਇਸ ਤਰ੍ਹਾਂ ਦੇ ਯਤਨ ਜਿਹੜੇ ਬਹੁਤੇ ਕਰਦੇ ਕਹਿਣ ਲੱਗਾ ਵੀ ਬਹੁਤੇ ਯਤਨ ਕਰਨ ਦੀ ਲੋੜ ਨਹੀਂ ਹੈ, ਤੁਸੀਂ ਬਸ ਇਹ ਸਮਝ ਲਓ ਪੱਕੇ ਤੌਰ ਤੇ ਵੀ ਗੁਰੂ ਇਸ ਵੇਲੇ ਮੈਂ ਮਾਰ ਹੀ ਦਿੱਤਾ ਤੇ ਗੁਰੂ ਦੇ ਸਿੱਖ ਵੀ ਮਾਰ ਦਿੱਤੇ, ਇਹ ਮੇਰੇ ਜਾਣ ਦੀ ਦੇਰ ਹੈ, ਇਹ ਜੇ ਸਭ ਕੁਝ ਕੀਤਾ ਹੀ ਹੋਇਆ ਸਮਝ ਲਓ ਵੀ ਮੈਂ ਕਰ ਹੀ ਚੁੱਕਾ ਹਾਂ, ਤੁਸੀਂ ਇਸ ਤਰ੍ਹਾਂ ਗੱਲ ਨਾ ਕਰੋ। ਮੈਂ ਏਡੀ ਵੱਡੀ ਫੌਜ ਲੈ ਕੇ ਚੱਲਿਆ, ਇੰਨੀ ਫੌਜ ਤੇ ਦੁਸ਼ਮਣ ਰਾਜੇ ਤੇ ਨਹੀਂ ਚੜ ਕੇ ਚੱਲਦੀ ਦਿੱਤੀ, ਮੈਂ ਗੁਰੂ ਦੇ ਉੱਪਰ ਚੜਾ ਕੇ ਲੈ ਕੇ ਚੱਲਿਆ। ਮੈਂ ਜੇ ਭਾਵੇਂ ਗੁਰੂ ਕਿਲਾ ਕਿਉਂ ਨਾ ਬਣਾ ਕੇ ਬੈਠੇ, ਮੈਂ ਜੇ ਗੁਰੂ ਦੇ ਕਿਲੇ ਵਿੱਚ ਬੈਠ ਗਿਆ ਤੇ ਮੈਂ ਤੇ ਕਿਲਾ ਵੀ ਤੋੜ ਦਿਆਂਗਾ, ਵੱਡੇ ਵੱਡੇ ਕਿਲੇ ਤੋੜ ਕੇ ਮਿੱਟੀ ਵਿੱਚ ਮਿਲਾ ਦਿਆਂਗਾ, ਭਾਵੇਂ ਗੁਰੂ ਕਿਲਾ ਬਣਾ ਕੇ ਬੈਠੇ ਤੇ ਮੈਂ ਕਿਲੇ ਵੀ ਰਹਿਣ ਨਹੀਂ ਦੇਣੇ। ਜਿੰਨੀ ਮੈਨੂੰ ਫੌਜ ਬਾਦਸ਼ਾਹ ਨੇ ਦਿੱਤੀ ਹੈ 35,000, ਇਹ 35,000 ਦੇ ਨਾਲ ਮੈਂ ਲੱਖਾਂ ਦੀ ਫੌਜ ਦਾ ਟੱਕਰ ਲੈ ਸਕਦਾ, ਇੰਨੀ ਮੇਰੀ ਇਹ ਬਲਸ਼ਾਲੀ ਫੌਜ ਹੈ, ਇੰਨਾ ਮੈਨੂੰ ਜੰਗ ਦਾ ਤਜਰਬਾ ਵੀ ਲੱਖਾਂ ਬੰਦਿਆਂ ਨੂੰ ਮੌਤ ਦੇ ਦਿਨ ਸਵਾ ਦਿਆਂਗਾ। ਜਦੋਂ ਮੈਂ ਜੰਗ ਵਿੱਚ ਖੋ ਜਾਂਦਾ ਖੁਦਾ ਦੀ ਮੇਰੇ ਤੇ ਇੰਨੀ ਬਖਸ਼ਿਸ਼ ਹੈ, ਜਦੋਂ ਮੈਂ ਜੰਗ ਵਿੱਚ ਪੈਰ ਲਾ ਲੈਂਦਾ ਮੈਂ ਕਦੇ ਜੰਗ ਤੋਂ ਨਹੀਂ ਭੱਜਾ, ਜਦੋਂ ਤੋਂ ਜੰਮਿਆ ਜਦੋਂ ਤੋਂ ਜੰਗ ਕਰਦਾ ਆਇਆ
ਮੇਰਾ ਇਹ ਤਜਰਬਾ ਵੀ ਮੈਂ ਕਦੇ ਜੱਗ ਤੋਂ ਭੱਜਦਾ ਨਹੀਂ ਹਾਂ। ਮੈਂ ਕਿਹੜਾ ਪਹਿਲੀ ਵਾਰ ਚੱਲਿਆ, ਤੁਸੀਂ ਤੇ ਮੈਨੂੰ ਇਸ ਤਰ੍ਹਾਂ ਦੇ ਦੱਸਦੇ ਪਏ ਜਿਵੇਂ ਅੱਜ ਪਹਿਲੇ ਦਿਨ ਪਹਿਲਾ ਕੰਮ ਕਰਨ, ਇਸ ਤਰ੍ਹਾਂ ਦੇ ਜੱਗ ਦੇ ਪਤਾ ਵੀ ਪਹਿਲਾਂ ਕਿੰਨੀ ਵਾਰੀ ਕੀਤੇ ਹੈ। ਇਹ ਮੇਰਾ ਤੇ ਕੰਮ ਹੈ, ਸੂਰਮਿਆਂ ਦਾ ਕੰਮ ਹੀ ਹੈ, ਦੇਖ ਤੇ ਦੇਖ ਵੱਜਦੀ ਰਵੇ ਤਲਵਾਰ ਨਾਲ ਤਲਵਾਰ ਹੜਕਦੀ ਰਵੇ, ਤਲਵਾਰਾਂ ਮਾਰਦਿਆਂ ਮਰਦਿਆਂ ਮਰਾਉਂਦਿਆਂ ਫੱਟ ਖਾਂਦਿਆਂ ਫੱਟ ਮਾਰਦਿਆਂ ਮੇਰੀ ਵੀ ਉਮਰ ਲੰਘ ਗਈ ਹੈ। ਇਹ ਕੰਮ ਤੇ ਮੈਂ ਬਚਪਨ ਤੋਂ ਲੈ ਕੇ ਕਰਦਾ, ਹੁਣ ਤੇ ਅੱਧੀ ਉਮਰ ਲੰਘ ਗਈ ਹੈ। ਇਹ ਤੇ ਮਰਦਿਆਂ ਮਰਾਉਂਦਿਆਂ ਦੇ ਮੇਰੇ ਤਜਰਬੇ ਹੋ ਗਏ। ਇਹ ਜੰਗ ਵਿੱਚ ਮੇਰੀ ਜਿੱਤ ਹੈ, ਪੱਕੀ ਗੱਲ ਮੰਨ ਲੈਣਾ ਕਰੋ। ਮੈਂ ਇਹ ਕਈ ਵਾਰ ਪਰਖਿਆ, ਮੇਰਾ ਕਿਸਮਤ ਰੱਬ ਨੇ ਇੰਨੀ ਤੇਜ਼ ਲਿਖੀ ਹੈ, ਮੇਰਾ ਕਰਮ ਹੀ ਇੰਨਾ ਤੇਜ਼ ਹੈ, ਮੈਂ ਜਿੱਧਰ ਨੂੰ ਮੂੰਹ ਕਰਕੇ ਚੱਲਦਾ ਹਵਾ ਵੀ ਮੇਰਾ ਸਾਥ ਦਿੰਦੀ ਹੈ। ਮੈਂ ਆਪਣੇ ਆਪ ਨੂੰ ਪਰਖਿਆ, ਮੈਂ ਕਦੇ ਹਾਰਦਾ ਨਹੀਂ ਹਾਂ। ਸੋ ਕਹਿਣ ਲੱਗਾ ਕਹੋ ਸ਼ਾਹ ਸੋ ਅਬ ਮੈਂ ਜਾਊਂ, ਜਾ ਜਾ ਕੇ ਬਾਦਸ਼ਾਹ ਨੂੰ ਕਹਿ ਦੇ ਵੀ ਬਾਦਸ਼ਾਹ ਤਲਾ ਦੇਖ ਚੱਲਣ ਲੱਗਾ ਹੈ। ਮੈਂ ਨਹੀਂ ਦੇਰੀ ਲਾਵਾਂਗਾ। ਜੇ ਬਾਦਸ਼ਾਹ ਕਹਿੰਦਾ ਕਿ ਰਸਤੇ ਵਿੱਚ ਸਮਾਂ ਨਹੀਂ ਲੱਗਣਾ ਚਾਹੀਦਾ, ਦੇਰ ਨਹੀਂ ਲੱਗਣੀ ਚਾਹੀਦੀ, ਤੇ ਮੈਂ ਬਿਲਕੁਲ ਦੇਰ ਨਹੀਂ ਲਾਵਾਂਗਾ, ਛੇਤੀ ਨਾਲ ਪਹੁੰਚਣਾ ਕਰਾਂਗਾ। ਸੁਣ ਸੋ ਗਾਓ ਕਹੋ ਸਮਝਾਏ, ਸੁਣ ਸੋ ਗਏ ਉਹ ਜਿਹੜਾ ਬੰਦਾ ਸੁਨੇਹਾ ਲੈ ਕੇ ਆਇਆ ਸੀ, ਸੁਣ ਕੇ ਸੁਨੇਹਾ ਤੇ ਉਸਨੇ ਜਾ ਕੇ ਉਸ ਵੇਲੇ ਬਾਦਸ਼ਾਹ ਨੂੰ ਸਾਰੀ ਗੱਲ ਕਹਿ ਪੁੱਛੀ ਹੈ। ਇਸੇ ਜਾਣਿਓ ਗੁਰ ਕਹਿ ਲਿਆ, ਕਹਿਣ ਲੱਗਾ ਵੀ ਬਾਦਸ਼ਾਹ ਇਹ ਤੂੰ ਹੁਣ ਪੱਕਾ ਜਾਣ ਲੈ, ਮੈਨੂੰ ਲਲਾ ਦੇਵ ਨੇ ਆਖਿਆ ਵੀ ਸਮਝ ਲਾ ਕੇ ਗੁਰੂ ਫੜ ਕੇ ਮੈਂ ਕੈਦ ਵਿੱਚ ਪਾਈ ਬੈਠਾ ਹਾਂ, ਤੇ ਤੂੰ ਸਮਝ ਲਾ ਕੇ ਗੁਰੂ ਇੱਥੇ ਆਉਣ ਵਾਲਾ ਹੀ ਹੈ। ਸ਼ਸਤਰਾਂ ਨੂੰ ਸੋ ਮਾਰਿਆ ਜਾਏ, ਜਾਂ ਤੇ ਮੇਰੇ ਲਲਾ ਦੇਵ ਸ਼ਸਤਰਾਂ ਨਾਲ ਗੁਰੂ ਨੂੰ ਮਾਰ ਦੇਵੇਗਾ। ਜਾਂ ਫਿਰ ਜਦੋਂ ਗੁਰੂ ਮਾਰਿਆ ਗਿਆ ਲਲਾ ਦੇਵ ਦੇ ਕੋਲੋਂ, ਫਿਰ ਗੁਰੂ ਨੂੰ ਫਲ ਮਿਲੇਗਾ ਵੀ ਬਾਦਸ਼ਾਹਾਂ ਦੇ ਕਿਲਿਆਂ ਵਿੱਚੋਂ ਕਿਵੇਂ ਘੋੜੇ ਕੱਢੀ ਦੇਣ, ਇਹ ਉਦੋਂ ਪਤਾ ਲੱਗੇਗਾ। ਹੁਣ ਤੇ ਘੋੜਾ ਕੱਢ ਲਿਆ ਆਪਣਾ ਚਲਾਕ ਬੰਦਾ ਭੇਜ ਕੇ, ਪਰ ਜਦੋਂ ਲਲਾ ਦੇਵ ਦੀ ਤਲਵਾਰ ਤੋਂ ਗੁਰੂ ਦੀ ਹੱਤਿਆ ਹੋਈ, ਫਿਰ ਗੁਰੂ ਨੂੰ ਪਤਾ ਲੱਗੇਗਾ ਵੀ ਬਾਦਸ਼ਾਹਾਂ ਦੇ ਕਿਲਿਆਂ ਵਿੱਚੋਂ ਕਿਵੇਂ ਘੋੜੇ ਕੱਢੀ ਦੇ। ਇਸ ਤਰ੍ਹਾਂ ਸਭਾ ਦੇ ਵਿੱਚ ਬੜੀ ਵਾਰ ਕਹਿ ਕੇ ਚੋਰ ਕਦੇ ਨਹੀਂ ਸੁਣਿਆ, ਕਦੇ ਨੀ ਵੇਖਿਆ। ਬਾਦਸ਼ਾਹ ਵਾਰ ਵਾਰ ਇਹ ਗੱਲ ਕਹਿੰਦਾ, ਕਹਿੰਦਾ ਜ਼ਿੰਦਗੀ ਮੇਰੀ ਵੀ ਰਾਜ ਕਰਦਿਆਂ ਕਿੰਨੀ ਹੋ ਗਈ ਹੈ, ਪਰ ਮੈਂ ਇਹੋ ਜਿਹਾ ਚੋਰ ਆਪਣੀ ਜ਼ਿੰਦਗੀ ਵਿੱਚ ਨਾ ਕਦੇ ਸੁਣਿਆ ਤੇ ਨਾ ਕਦੇ ਵੇਖਿਆ, ਜਿਹੜਾ ਕਿਲੇ ਦੀਆਂ ਕੰਧਾਂ ਟਪਾ ਟਪਾ ਕੇ ਤੇ ਇੰਨੀ ਉੱਚੀ ਥਾਵਾਂ ਤੋਂ ਛਾਲਾਂ ਮਰਵਾ ਕੇ ਘੋੜੇ ਕੱਢੇ ਤੇ ਇਸ ਤਰ੍ਹਾਂ ਦਾ ਨਾਲ ਆ ਜਾਵੇ, ਮੈਂ ਇਹੋ ਜਿਹਾ ਬੰਦਾ ਕਦੇ ਵੇਖਿਆ ਨਹੀਂ। ਕਹਿੰਦੇ ਵੱਡਾ ਸ਼ਰ ਕਰਕੇ ਸਾਨੂੰ ਠੱਗ ਕੇ ਚਲਾ ਗਿਆ ਹੈ। ਸਵਾਰੀਆਂ ਦੇ ਉੱਪਰ ਚੜ ਕੇ ਚੱਲੀਆਂ ਲਲਾ ਬੇਗ ਭੱਟ ਚੜ ਚਲਿਆ, ਲਗੇ ਲਲਾ ਬੇਗ ਨਾਮ ਦਾ ਸੂਰਮਾ ਸੈਨਾਪਤੀ ਕਮਾਂਡਰ ਬਣ ਕੇ ਫੌਜ ਦਾ ਬੜੇ ਹੰਕਾਰ ਦੇ ਨਾਲ ਤਾਰਾਂ ਤੋਂ ਬਣੀਆਂ ਹੋਈਆਂ ਜੈਕਟਾਂ ਪਾ ਕੇ ਚੱਲੇ ਹਨ।
ਕਾਬਲ ਕੇ ਗਿਰਜੇ ਜਿਨ ਕਹੇ। ਇਹ ਕਹਿਣ ਲੱਗੇ ਕਾਬਲ ਦੇਸ਼ ਦੇ ਗਿਰਜੇ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦੇ ਸਰੀਰ ਬਿਲਕੁਲ ਹਫਸ਼ੀਆਂ ਵਰਗੇ ਨੇ, ਜਿਹੜੇ ਹਫਸ਼ੀ ਹੁੰਦੇ ਨੇ, ਲੰਬੇ ਲੰਬੇ ਕੱਦ ਨੇ, ਮੋਟੇ ਮੋਟੇ ਉਹਨਾਂ ਦੇ ਨੱਕ ਮੂੰਹ ਮੱਥੇ ਨੇ, ਖੁੱਲੇ ਖੁੱਲੇ ਹੱਥਾਂ ਪੈਰਾਂ ਦੇ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਮਿਲਜੇ ਕਿਹਾ ਜਾਂਦਾ, ਕਾਬਲ ਦੇਸ਼ ਦੇ ਰਹਿਣ ਵਾਲੇ, ਮੰਨ ਲਓ ਵੀ ਹਫਸ਼ੀਆਂ ਦੇ ਵਾਂਗ ਇਹਨਾਂ ਦੇ ਸਰੀਰ ਪਾਲੇ ਹੋਏ ਹਨ। ਦੀਨ ਦਰਾਜ ਨੂੰ ਕਹਿਆ, ਜਿਨ੍ਹਾਂ ਦੇ ਵੱਡੇ ਵੱਡੇ ਸਰੀਰ ਨੇ, ਖੁੱਲੇ ਖੁੱਲੇ ਹੱਥ ਪੈਰ, ਵੱਡੇ ਵੱਡੇ ਪੈਰ ਨੇ, ਜਿੱਤੀ ਵੀ ਪੈਰੀ ਪੂਰੀ ਨਹੀਂ ਆਉਂਦੀ ਹੈ, ਵੱਡੇ ਵੱਡੇ ਹੱਥ ਨੇ, ਕਹਿੰਦੇ ਇਸ ਤਰ੍ਹਾਂ ਦੇ ਵੱਡੇ ਹੱਥਾਂ ਪੈਰਾਂ ਵਾਲੇ ਉੱਚੇ ਲੰਬੇ ਜਵਾਨ, ਇਹ ਜਿਹੜੇ ਗਿਰਜੇ ਹਾਂ ਤੇ ਚੜ ਕੇ ਚੱਲੇ ਹਨ। ਵੇਖੋ ਸਭ ਪਸ਼ੂਆਂ ਦੇ ਪੱਖੇ, ਬੁੱਧੀ ਇਹਨਾਂ ਦੀ ਬੜੀ ਪੈਲੀ ਹੈ। ਕਹਿਣ ਲੱਗੇ ਵੀ ਇਹਨਾਂ ਨੂੰ ਮਾਸ ਚਾਹੀਦਾ ਖਾਣ ਵਾਸਤੇ, ਤੇ ਭਾਵੇਂ ਮਾਸ ਮੱਝ ਦਾ ਹੋਵੇ ਤੇ ਭਾਵੇਂ ਕਿਸੇ ਡੰਗਰ ਦਾ ਹੋਵੇ, ਇਹ ਨਹੀਂ ਪੁੱਛਦੇ, ਨਾ ਕਿਸੇ ਨੂੰ ਵੇਖਦੇ ਵੀ ਇਹ ਮਾਸ ਕਿਹੜੇ ਜਾਨਵਰ ਦਾ, ਵੀ ਮੈਂ ਬੱਕਰੇ ਦਾ ਮਾਸ ਖੁਸ਼ ਹੋ ਕੇ ਖਾਂਦਾ ਜਾਂ ਤਿੱਤਰ ਦਾ, ਨਹੀਂ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈ। ਇਹਨਾਂ ਦੇ ਅੱਗੇ ਤੇ ਮਾਸ ਦਾ ਟੱਬ ਭਰਿਆ ਹੋਣਾ ਚਾਹੀਦਾ, ਉਹਦੇ ਵਿੱਚ ਭਾਵੇਂ ਗਧਾ ਵੱਢ ਕੇ ਬਣਾ ਲਓ ਤੇ ਭਾਵੇਂ ਮੱਝ ਇਹਨਾਂ ਨੇ ਖਾ ਜਾਂਦੀ ਹੈ। ਕਈ ਪਸ਼ੂਆਂ ਦਾ, ਬਹੁਤੇ ਪਸ਼ੂਆਂ ਦਾ ਇਹ ਮਾਸ ਖਾਣ ਦੀ ਰੁਚੀ ਰੱਖਦੇ ਨੇ, ਭਾਵੇਂ ਉਹ ਕਿਸੇ ਵੀ ਜਾਨਵਰ ਦਾ ਹੋਵੇ। ਇੱਕ ਸੂਕਰ ਤੇ ਰੱਖਿਆ, ਕੇਵਲ ਇੱਕ ਸੂਰ ਦਾ ਮਾਸ ਨਹੀਂ ਖਾਂਦੇ, ਜਿਹੜਾ ਮੁਸਲਮਾਨ ਹੈ ਸੂਰ ਦਾ ਮਾਸ ਨਹੀਂ ਖਾਂਦਾ ਹੈ, ਉਸਨੂੰ ਪਲੀਤ ਜਾਣ ਕੇ, ਗੰਦਾ ਜਾਣ ਕੇ, ਇਹਦੇ ਨਾਲ ਸਾਡਾ ਧਰਮ ਭ੍ਰਸ਼ਟ ਹੋ ਜਾਏਗਾ। ਸੂਰ ਨੂੰ ਕਹਿੰਦੇ ਛੱਡ ਕੇ, ਤੇ ਬਾਕੀ ਇਹ ਜਾਨਵਰ ਕੋਈ ਰੱਖਦੇ ਨਹੀਂ। ਝੋਟਾ ਬਹੁਤੇ ਜ਼ੋਰ ਵਾਲਾ, ਤੇ ਐਵੇਂ ਕੰਧ ਨੂੰ ਟੱਕਰਾ ਮਾਰੀ ਜਾਂਦਾ, ਉਹ ਆਪਣਾ ਜ਼ੋਰ ਵਿਖਾਉਂਦਾ। ਕਹਿਣ ਲੱਗੇ ਇਹਨਾਂ ਗਿਰਜਿਆਂ ਦੀ ਮੱਤ ਵੀ ਬਿਲਕੁਲ ਡੰਗਰਾ ਵਰਗੀ ਹੈ, ਇਹਨਾਂ ਵਿੱਚ ਅੰਨਾ ਜ਼ੋਰ ਭਰਿਆ ਹੋਇਆ, ਜਿੱਧਰ ਨੂੰ ਖੁੱਲਦੇ ਉਧਰ ਨੂੰ ਬੰਦੇ ਨੂੰ ਮਾਰਨਾ, ਪਸ਼ੂ ਨੂੰ ਮਾਰਨਾ ਇਹਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਤੇ ਫਿਰ ਦੂਜੀ ਗੱਲ ਇਹ ਹੈ ਵੀ ਇਹਨਾਂ ਵਿੱਚ ਦਇਆ ਨਾਮ ਦਾ ਸ਼ਬਦ ਤੇ ਹੈ ਹੀ ਨਹੀਂ, ਜਿਵੇਂ ਆਪਾਂ ਕਿਸੇ ਗਰੀਬ ਨੂੰ, ਦੁਖੀ ਨੂੰ ਵੇਖ ਕੇ ਜਾਂ ਕੋਈ ਮਿੰਟ ਤਰਲਾ ਕਰ ਲਏ ਤੇ ਛੱਡ ਦੇਈਦਾ ਵੀ ਚਲੋ ਕੋਈ ਗੱਲ ਨੀ, ਛੱਡ ਦਿਓ। ਪਰ ਇਹਨਾਂ ਦੇ ਮਨ ਵਿੱਚ ਦਇਆ ਤੇ ਕਿਤੇ ਦੂਰ ਦੂਰ ਤੱਕ ਹੈ ਹੀ ਨਹੀਂ ਦਇਆ ਇਹਨਾਂ ਦੇ ਕੋਲ। ਨਿਰਦਈ ਲੋਕ ਨੇ, ਨਿਰਦਈ ਕਿਸਮ ਦੇ, ਤੇ ਜੇ ਇਹਨਾਂ ਵਿੱਚ ਦਇਆ ਹੋਵੇ ਤੇ ਫਿਰ ਗੁਰਮੁਖੋ ਭਾਈ ਸਗੀ ਦਾਸ ਵਰਗਿਆਂ ਨੂੰ ਰੋਈ ਦੇ ਵਿੱਚ ਲਪੇਟ ਕੇ ਤੇ ਕਈ ਦਿਨ ਅੱਗ ਲਾ ਕੇ ਸਾਰਨ ਵਾਸਤੇ ਛੱਡਣ ਦਾ, ਦਇਆ ਨਹੀਂ ਹੈ ਤੇ ਤਾਂ ਹੀ ਇਹ ਕੰਮ ਕੀਤਾ। ਜੇ ਬੰਦੇ ਮਨ ਵਿੱਚ ਦਇਆ ਆ ਹੀ ਜਾਂਦੀ ਹੈ ਵੀ ਇਹ ਵੀ ਰੱਬ ਦਾ ਜੀਵ ਹੈ, ਸੜਦਾ ਪਿਆ, ਤੇ ਚਲੋ ਇਹਨੂੰ ਛੱਡ ਦਿੱਤਾ ਜਾਵੇ, ਨਹੀਂ, ਇਹਨਾਂ ਦੇ ਮਨ ਵਿੱਚ ਦਇਆ ਬਿਲਕੁਲ ਨਹੀਂ। ਨਿਰਦਈ ਕਿਸਮ ਦੇ ਇਹ ਲੋਕ ਹਨ। ਕਹਿਣ ਲੱਗੇ ਵੀ ਇਹਨਾਂ ਦੇ ਸਰੀਰ ਹੈਗੇ ਨੇ ਬਿਲਕੁਲ ਕਾਲੇ, ਤੇ ਇਹ ਹਬਸ਼ ਨਾਮ ਦੇਸ਼ ਦਾ ਹੈ, ਹਬਸ਼ ਦੇਸ਼ ਦੇ ਰਹਿਣ ਵਾਲੇ, ਤੇ ਕਾਲੇ ਜਿਵੇਂ ਤਬਾਹ ਹੁੰਦਾ ਨਾ ਕਾਲਾ, ਇਸ ਤਰ੍ਹਾਂ ਦੇ ਕਾਲੇ ਸ਼ਾਹ ਇਹਨਾਂ ਦੇ ਰੰਗ, ਇਹੋ ਜਿਹੇ ਰੰਗ ਰੂਪ ਵਾਲੇ ਲੋਕ ਹਨ। ਕਹਿਣ ਲੱਗੇ ਵੀ ਇਹ ਬੜੇ ਜਿਆਦੇ ਮਹਿਲੇ ਔਰ ਬੜੇ ਜਿਆਦੇ ਬਲ ਵਾਲੇ ਹੁੰਦਾ। ਕਲੀ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੁਸ਼ਮਣ ਫੌਜ ਦਾ ਹਾਲ ਤੁਹਾਨੂੰ ਦੱਸਦਾ ਪਿਆ, ਨੱਕ ਇਹਨਾਂ ਦੇ ਬੜੇ ਬੜੇ ਬੋਟੇ ਨੇ, ਮੰਨ ਲਓ ਜਿਵੇਂ ਪਕੌੜਾ ਭੁੰਨ ਕੇ ਰੱਖਿਆ ਹੋਵੇ ਮੂੰਹ ਦੇ ਉੱਪਰ, ਬੋਟੇ ਬੋਟੇ ਨੱਕ ਨੇ, ਤੇ ਬੁੱਲ ਵੀ ਇਹਨਾਂ ਦੇ ਬੜੇ ਬੋਟੇ ਬੋਟੇ ਵੱਡੇ ਵੱਡੇ ਨੇ, ਜਿਵੇਂ ਪਸ਼ੂ ਦਾ ਬੁੱਲ ਹੁੰਦਾ, ਵੱਡੇ ਵੱਡੇ ਬੁੱਲਾਂ ਵਾਲੇ, ਵੱਡੇ ਵੱਡੇ ਨੱਕਾਂ ਵਾਲੇ, ਇਹੋ ਜਿਹਾ ਇਹਨਾਂ ਦਾ ਸਰੀਰ ਦਾ ਆਕਾਰ ਹੈ, ਕਾਲੇ ਇਹਨਾਂ ਦੇ ਰੰਗ ਹਨ। ਇਹ ਕਹਿਣ ਲੱਗੇ ਵੀ ਜੇ ਬੰਦਾ ਇਹਨਾਂ ਨੂੰ ਚਾਹੇ ਨਾ ਸਮਝਾਵਾਂ, ਤੇ ਇਹ ਸਮਝਦੇ ਨਹੀਂ ਕਿਸੇ ਦੀ ਗੱਲ, ਇੰਨੀ ਮੱਤ ਇਹਨਾਂ ਨੂੰ ਹੈ ਹੀ ਨਹੀਂ ਵੀ ਇਹ ਕੋਈ ਸਾਨੂੰ ਸਮਝਾਉਂਦਾ ਸਮਝ ਲਈਏ, ਨਹੀਂ, ਡੰਗਰ ਮੱਤ ਵਾਲੇ ਨੇ, ਕੇਵਲ ਜ਼ੋਰ ਲਾਉਣਾ ਹੀ ਜਾਣਦੇ ਨੇ, ਪਸ਼ੂਆਂ ਵਾਂਗੂ ਖਾਣਾ ਜਾਣਦੇ ਨੇ, ਇਹੋ ਜਿਹੀ ਇਹਨਾਂ ਦੀ ਸੁਰਤੀ ਮਿਲਦੀ ਹੈ। ਇਹ ਕਹਿਣ ਲੱਗੇ ਕਈਆਂ ਦੀ ਜਿਹੜਾ ਸਰੀਰ ਹੈ ਉਹ ਭੂਰੇ ਰੰਗ ਦਾ ਹੈ, ਨਾ ਕਾਲੇ ਨਾ ਭੋਰੇ, ਮਿਜਲਾ ਜਾਂ ਮੇਲ, ਇਹ ਭੂਰੇ ਵਾਲ ਨੇ ਇਹਨਾਂ ਦੇ ਸਿਰ ਦੇ, ਤੇ ਭੂਰਾ ਜਿਹਾ ਇਹਨਾਂ ਦਾ ਸਰੀਰ ਹੈ। ਔਰ ਕਸ਼ਮੀਰ ਆਦਿ ਬਸ ਭੂਰੇ, ਤੇ ਕਹਿਣ ਲੱਗੇ ਵੀ ਕੁਝ ਕਸ਼ਮੀਰ ਦੇ ਰਹਿਣ ਵਾਲੇ ਨੇ, ਕਸ਼ਮੀਰ ਤੋਂ ਭਾਵ ਹੈ, ਸੋ ਕਹਿਣ ਲੱਗੇ ਇੱਕ ਲੜਕਾ ਜਿਸਨੂੰ ਯਾਰਸਤਾਨੀ ਕਿਹਾ ਜਾਂਦਾ ਨਾ, ਉੱਥੋਂ ਦੇ ਲੋਕਾਂ ਤੋਂ ਬਰਾਦ ਹੈ, ਯਾਰਸਤਾਨੀ ਇੱਕ ਇਲਾਕਾ ਹੈ, ਉੱਥੋਂ ਦੇ ਲੋਕਾਂ ਦੇ ਵਾਲ ਭੂਰੇ ਕੁਦਰਤੀ ਤੌਰ ਤੇ, ਔਰ ਜਿਹੜੇ ਸਰੀਰ ਦੇ ਚਮੜੇ ਨੇ ਉਹ ਵੀ ਭੂਰੇ ਜਿਹੇ ਚਮਕਣ ਜਿਹਾ ਵਾਲੇ, ਇਸ ਤਰ੍ਹਾਂ ਦੇ ਇਹਨਾਂ ਦੇ ਸਰੀਰ ਦੇ ਰੰਗ ਹਨ। ਕੱਚੋ ਮਾਸ ਖਾਏ ਸੁੱਖ ਕਰੇ, ਤੇ ਇਹ ਇਹੋ ਜਿਹੇ ਲੋਕ ਨੇ ਜਿਵੇਂ ਸ਼ੇਰ ਕੱਚਾ ਮਾਸ ਖਾ ਜਾਂਦਾ ਨਾ, ਜਾਨਵਰ ਵਾਲ ਕੇ ਜੇ ਉਹ ਖਾ ਜਾਂਦਾ, ਇਹਨਾਂ ਨੂੰ ਮਾਸ ਪਕਾਉਣ ਦੀ ਲੋੜ ਨਹੀਂ ਪੈਂਦੀ ਅੱਗ ਵਾਲ ਕੇ,
ਇਹਦੀ ਪਸ਼ੂ ਡੰਗਰ ਮਾਰ ਗਏ ਤੇ ਕੱਚੇ ਦੇ ਹੱਥ ਫੜ ਕੇ ਚੱਬਣ ਲੱਗ ਪੈਂਦੇ। ਇਹੋ ਜਿਹੀ ਇਹਨਾਂ ਦੀ ਵਿਰਤੀ, ਕੱਚਾ ਮਾਸ ਭਾਵੇਂ ਪੱਕਾ ਮਾਸ, ਜਿਹੋ ਜਿਹਾ ਬੰਦੀ ਮਿਲੇ ਛੱਡਦੇ ਨਹੀਂ, ਉਸੇ ਵੇਲੇ ਖਾਣ ਲੱਗ ਪੈਂਦੇ। ਤੇ ਇਹਨਾਂ ਨੂੰ ਇੰਨਾ ਦਲਿੱਦਰ ਹੈ ਵੀ ਅੱਗ ਬਾਲ ਕੇ ਮਾਸ ਪਕਾਉਣਾ ਪਵੇਗਾ, ਉਹਦੇ ਨਾਲ ਚੰਗਾ ਕੱਚਾ ਹੀ ਖਾ ਲਓ। ਕੱਚਾ ਮਾਸ ਖਾਂਦੇ ਵੱਡੇ ਵੱਡੇ ਬੁੱਲ ਨੇ, ਉਹਨਾਂ ਬੁੱਲਾਂ ਦੇ ਵਿੱਚੋਂ ਲਹੂ ਦੀਆਂ ਬੂੰਦਾਂ ਬਾਹਰ ਨਿਕਲਦੀਆਂ ਜਦੋਂ ਕਿਸੇ ਪਸ਼ੂ ਦਾ ਮਾਸ ਖਾਂਦੇ ਹਨ। ਕਹਿਣ ਲੱਗੇ ਵੀ ਬੋਲੀ ਇਹਨਾਂ ਦੀ ਪਸ਼ਤੋ ਹੈ, ਪਸ਼ਤੋ ਤੋਂ ਭਾਵ ਹੁੰਦਾ ਹੈ ਜਿਹੜੀ ਸਮਝ ਨਾ ਆਵੇ ਕਿਸੇ ਨੂੰ। ਆਪਸ ਵਿੱਚ ਹੀ ਗਿਟਰ ਮਿਟਰ ਕਰਦੇ, ਆਪਸ ਵਿੱਚ ਹੀ ਇਹਨਾਂ ਨੂੰ ਇੱਕ ਦੂਜੇ ਦੀ ਭਾਵੇਂ ਸਮਝ ਆਵੇ, ਪਰ ਦੂਜਾ ਬੰਦਾ ਇਹਨਾਂ ਦੀ ਬੋਲੀ ਸਮਝ ਨਹੀਂ ਸਕਦਾ। ਇਹੋ ਜਿਹੀ ਬੋਲੀ ਨੂੰ ਬੋਲਣ ਵਾਲਿਆ ਘੋੜੇ ਚੁੱਕ ਸਕਦੇ, ਬਾਕੀ ਘੋੜਿਆਂ ਦੇ ਭਾਵੇਂ ਲੱਕ ਟੁੱਟ ਜਾਣ, ਜਿੱਡੇ ਜਿੱਡੇ ਇਹਨਾਂ ਦੇ ਸਰੀਰ ਨੇ ਔਰ ਭਾਰੀ ਭਰਕਮ ਨੇ। ਕਹਿਣ ਲੱਗੇ ਤੁਰਕੀ ਘੋੜੇ ਇਹਨਾਂ ਨੂੰ ਚੁੱਕ ਕੇ ਤੁਰਦੇ ਸਨ। ਛੋਟੀਆਂ ਛੋਟੀਆਂ ਜਿਹੜੀਆਂ ਘੰਟੀਆਂ ਨੇ ਉਹ ਘੋੜਿਆਂ ਦੇ ਗਲਾਂ ਵਿੱਚ ਵਧੀਆਂ, ਜਦੋਂ ਘੋੜੇ ਚੱਲਦੇ ਨੇ ਟੰਮ ਟੰਮ ਦੀ ਆਵਾਜ਼ ਆਉਂਦੀ ਹੈ, ਛੜਕ ਛੜਕ ਦੀ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਦੇ ਘੋੜਿਆਂ ਦੇ ਗਲਾਂ ਵਿੱਚ ਇਹ ਛੜਕਣ ਵਾਲੇ ਘੁੰਗਰੂ ਤਿਆਰ ਕਲੀਆਂ ਬੰਧੇ ਹੋਏ ਹਨ। ਕਹਿਣ ਲੱਗੇ ਵੀ ਜਦੋਂ ਹੱਲਾ ਕਰਦੇ ਫੌਜ ਦੇ ਵਿੱਚ ਭਜਾਉਂਦੇ ਘੋੜਿਆਂ ਨੂੰ, ਉਦੋਂ ਬਹੁਤ ਜ਼ਿਆਦਾ ਆਵਾਜ਼ਾਂ ਆਉਂਦੀਆਂ ਹਨ। ਕਈ ਤਰ੍ਹਾਂ ਦੇ ਨਾਲ ਵਾਜੇ ਗਾਜੇ ਵੱਜਣ ਵਾਸਤੇ, ਫੌਜ ਨੂੰ ਉਤਸ਼ਾਹ ਦੇਣ ਵਾਸਤੇ ਮਾਰੂ ਵਾਜੇ ਨਾਲ ਵੱਜਦੇ ਆਉਂਦੇ ਹਨ। ਤੁਰ ਮਰਨ ਸਿੰਘੇ ਭਲੇ, ਕਹਿਣ ਲੱਗੇ ਵੀ ਇਹ ਸਾਜਾਂ ਦੇ ਨਾਮ ਨੇ, ਕੋਈ ਨਰਸਿੰਘਾ ਵਜਾਉਂਦਾ ਪਿਆ, ਇਸੇ ਤਰ੍ਹਾਂ ਕੋਈ ਨਗਾਰਾ ਵਜਾਉਂਦਾ ਪਿਆ, ਕੋਈ ਕੁਦਰੀ ਵਜਾਉਂਦਾ ਪਿਆ, ਕੋਈ ਤੁਰਲੀ ਵਜਾਉਂਦਾ ਪਿਆ, ਇਸ ਤਰ੍ਹਾਂ ਦੇ ਸਾਜ ਫੌਜ ਦੇ ਨਾਲ ਵੱਜਦੇ ਜੰਗ ਦੇ ਵਿੱਚ। ਵੱਡੇ ਵੱਡੇ ਨਗਾਰੇ ਜਿਹਨਾਂ ਨੂੰ ਬੰਦਾ ਬੜੇ ਜ਼ੋਰ ਦੇ ਨਾਲ ਸੋਟਾ ਮਾਰ ਮਾਰ ਕੇ ਵਜਾਉਂਦਾ, ਵੱਡੇ ਨਗਾਰੇ ਉੱਠਾਂ ਦੇ ਉੱਪਰ ਰੱਖੇ ਹੋਏ ਉਹ ਵਜਾਉਣ ਵਾਸਤੇ ਨਾਲ ਆਉਂਦਾ। ਕਹਿਣ ਲੱਗੇ ਕਿ ਇਸ ਤਰ੍ਹਾਂ ਇਹ ਜਿਹੜੀ ਫੌਜ ਹੈ ਲੋਹਾ ਲੈਣ ਵਾਸਤੇ, ਜਾਂ ਇਸ ਤਰ੍ਹਾਂ ਕਹਿ ਲਈਏ ਮਾਰੋ ਮਾਰ ਕਰਨ ਵਾਸਤੇ, ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਆ ਵੀ ਛੇਤੀ ਚੱਲਣ ਵਾਸਤੇ ਇੱਡੀ ਵੱਡੀ ਫੌਜ ਲਲਾ ਵੇਗ ਨਾਲ ਲੈ ਕੇ ਲਾਹੌਰ ਤੋਂ ਤੁਰਿਆ ਜਾਂਦਾ ਹੈ। ਕੋਈ ਪਤਾ ਨਹੀਂ ਹੈ ਕਿ ਸਾਡਾ ਲਾਭ ਹੋਵੇਗਾ ਕਿ ਨੁਕਸਾਨ ਹੋਵੇਗਾ, ਨਾ ਹੀ ਇਹਨਾਂ ਨੂੰ ਇਸ ਗੱਲ ਨਾਲ ਮਤਲਬ ਹੈ। ਇਹਨਾਂ ਨੂੰ ਸਿਰਫ ਇੰਨਾ ਮਤਲਬ ਹੈ ਕਿ ਸਾਨੂੰ ਖਾਣ ਵਾਸਤੇ ਮਾਸ ਚਾਹੀਦਾ, ਕੰਮ ਸਾਡੇ ਤੋਂ ਜੋ ਮਰਜ਼ੀ ਕਰਾ ਲਓ, ਭਾਵੇਂ ਅਸੀਂ ਵੱਡੇ ਜਾਈਏ ਫੱਟੇ ਜਾਈਏ, ਸਰੀਰ ਏਡੇ ਏਡੇ ਵੱਡੇ ਨੇ, ਇਸ ਗੱਲ ਦੀ ਕੋਈ ਪਰਵਾਹ ਨਹੀਂ। ਹਾਂ, ਲਾਭ ਕੋਈ ਨਹੀਂ ਮਨ ਵਿੱਚ ਵਿਚਾਰਿਆ, ਤੁਰੇ ਜਾਂਦੇ ਹਨ। ਕਹਿਣ ਲੱਗੇ ਵੀ ਜਦੋਂ ਚੱਲਦੇ ਤੇ ਕਵੀ ਸੰਤੋਖ ਸਿੰਘ ਦੀ ਇੱਕ ਉਦਾਹਰਣ ਦਿੰਦੇ ਨੇ। ਗੁਰਮਤ ਵਿੱਚ ਸ਼ਗਨ ਅਪਸ਼ਗਨ ਨਹੀਂ ਮੰਨਿਆ ਜਾਂਦਾ, ਪਰ ਉਹਨਾਂ ਵਾਸਤੇ ਜਿਨ੍ਹਾਂ ਦੇ ਕੋਲ ਰੱਬ ਦਾ ਨਾਮ ਹੈ, ਜਿਨ੍ਹਾਂ ਦੇ ਕੋਲ ਜਿਸਨੇਮ ਹੈ, ਜਿਨ੍ਹਾਂ ਦੇ ਕੋਲ ਸਿਮਰਨ ਹੈ, ਉਹਨਾਂ ਵਾਸਤੇ ਨਾ ਕੋਈ ਸ਼ਗਨ ਹੈ ਨਾ ਕੋਈ ਅਪਸ਼ਗਨ ਹੈ। ਸ਼ਗਨ ਅਪਸ਼ਗਨ ਇਸ ਕੋ ਲੱਗੈ ਜਿਸ ਚੀਤਨ ਆਇਆ ਹੈ। ਮਹਾਰਾਜ ਨੇ ਇਹ ਆਖਿਆ ਕਿ ਜਿਹਨੂੰ ਰੱਬ ਚੇਤੇ ਨਹੀਂ, ਜਿਹਨੂੰ ਪਰਮੇਸ਼ਰ ਚੇਤੇ ਨਹੀਂ, ਉਹਨੂੰ ਸ਼ਗਨ ਤੇ ਅਪਸ਼ਗਨ ਭਾਵੇਂ ਅਸਰ ਪਾ ਪਾਉਂਦੇ ਹੋਣ, ਜਾਂ ਉਹ ਇਹਨਾਂ ਗੱਲਾਂ ਵੱਲ ਵੇਖਦਾ ਹੋ ਸਕਦਾ, ਪਰ ਜਿਹਨੂੰ ਪਰਮੇਸ਼ਰ ਦਾ ਨਾਮ ਚੇਤੇ ਹੈ ਉਹ ਸ਼ਗਨ ਅਪਸ਼ਗਨ ਦੀ ਵਿਚਾਰ ਨਾ ਕਰੇ, ਨਾ ਹੀ ਇਹ ਸ਼ਗਨ ਅਪਸ਼ਗਨ ਉਹਦਾ ਕੁਝ ਵਿਚਾਰ ਸਕਦੇ ਨੇ। ਜਿਹਦੇ ਕੋਲ ਨਾਮ ਹੈ, ਜਿਹਦੇ ਕੋਲ ਨਾਮ ਨਹੀਂ, ਉਹਦੇ ਵਾਸਤੇ ਸ਼ਗਨ ਅਪਸ਼ਗਨ ਦੀ ਵਿਚਾਰ ਹੋ ਸਕਦੀ ਹੈ। ਇਹ ਜਿਹੜੀ ਕਵੀ ਲੋਕਾਂ ਦੀ ਦੁਨੀਆ ਹੁੰਦੀ ਹੈ, ਇਹ ਕਵਿਤਾ ਦਾ ਸ਼ਿੰਗਾਰ ਬੰਨਣ ਵਾਸਤੇ, ਕਵਿਤਾ ਦਾ ਸਵਾਲ ਬਣਾਉਣ ਵਾਸਤੇ ਕੁਝ ਗੱਲਾਂ ਲਿਖ ਦਿੰਦੇ, ਜਿਹਦੇ ਨਾਲ ਥੋੜਾ ਸਵਾਲ ਹੋਰ ਬਣ ਜਾਵੇ। ਇੱਥੇ ਲਿਖਿਆ ਗਿਆ ਵੀ ਜਦੋਂ ਲਲਾ ਵੇਗ ਚੱਲਿਆ ਫੌਜ ਲੈ ਕੇ, ਤੇ ਕੁਝ ਮਾੜੇ ਸ਼ਗਨ ਜਿਹੜੇ ਸਨ ਉਹ ਸਾਹਮਣੇ ਦਿਖਾਈ ਦਿੰਦੇ ਪਏ, ਵੀ ਉਹ ਸ਼ਗਨਾਂ ਤੋਂ ਵੇਖ ਕੇ ਲੱਗਦਾ ਵੀ ਇਹ ਲਲਾ ਵੇਗ ਦੀ ਹਾਨੀ ਹੋਣੀ, ਨੁਕਸਾਨ ਹੋਣਾ ਹੈ। ਇਹਦੇ ਇਸ ਤਰ੍ਹਾਂ ਦੇ ਸ਼ਗਨ ਹੁੰਦੇ ਹਨ। ਇੰਦਨ ਭਾਰ ਸੁਖ ਦ੍ਰਿਗ ਲਾਗੇ, ਜਿਹੜੇ ਲੋਕ ਨੇ ਨਾ ਉਹ ਜਿਹੜੇ ਅਪਸ਼ਗਨ ਨੇ ਉਹ ਕਿਵੇਂ ਵੇਖੇ ਜਾਂਦੇ ਨੇ। ਬੰਦਾ ਘਰੋਂ ਨਿਕਲੇ ਤੇ ਸਾਹਮਣੇ ਸੁੱਕੀਆਂ ਲੱਕੜਾਂ ਮਿਲ ਜਾਣ, ਆਉਂਦੀਆਂ ਰਸਤੇ ਦੇ ਵਿੱਚ ਸੁੱਕਾ ਬਾਦਲ ਮਿਲ ਜਾਵੇ,
ਤੇ ਉਹ ਹਾਨੀ ਹੈ ਉਹਦੇ ਵਿੱਚ ਨੁਕਸਾਨ ਮੰਨਿਆ ਜਾਂਦਾ ਵੀ ਇਹ ਸੁੱਕੀ ਲੱਕੜ ਮੱਥੇ ਲੱਗੀ ਹੈ, ਇਹਦੇ ਵਿੱਚ ਮੇਰਾ ਨੁਕਸਾਨ ਹੋ ਸਕਦਾ ਹੈ, ਇਹਦੇ ਲਲਾ ਦੇ ਵਿੱਚ ਚੱਲਿਆ ਸੁੱਕੀਆਂ ਲੱਕੜਾਂ ਦਾ ਭਾਰ ਉਹ ਮੱਥੇ ਲੱਗਾ ਹੈ। ਜਦੋਂ ਥੋੜਾ ਜਿਹਾ ਅੱਗੇ ਚੱਲਿਆ ਤੇ ਲੋਕ ਮੁਰਦਾ ਚੁੱਕ ਕੇ ਪਾ ਕੇ ਸਿਰੀ ਦੇ ਉੱਪਰ ਤੇ ਚੁੱਕੀ ਲਿਆਉਂਦੇ ਨੇ, ਮੁਰਦਾ ਮੱਥੇ ਲੱਗਾ। ਇਹ ਦੂਜਾ ਵਾਲਾ ਸ਼ਗਨ ਹੋ ਗਿਆ ਵੀ ਇਹ ਮੁਰਦੇ ਮਰੇ ਪਹਿਲਾਂ ਹੀ ਮੱਥੇ ਲੱਗਦੇ ਪਏ, ਇਹਦੇ ਇਹ ਦੂਜਾ ਇਸ ਨੂੰ ਮਾੜੀ ਜਿਹੜੀ ਸ਼ਗਨ ਹੈ ਉਹ ਦਿਖਾਈ ਦਿੱਤੀ ਹੈ। ਕਹਿੰਦੇ ਹੈ ਵੀ ਇਸੇ ਤਰ੍ਹਾਂ ਜਦੋਂ ਥੋੜਾ ਜਿਹਾ ਅੱਗੇ ਗਏ ਉਸ ਵੇਲੇ ਚੜ੍ਹ ਕੇ ਜੋ ਅੱਗੇ ਚੱਲੇ ਹਨ ਕਹਿਣ ਲੱਗੇ ਵੀ ਅੱਗੋਂ ਇਸਤਰੀਆਂ ਇਕੱਠੀਆਂ ਹੋ ਕੇ ਜਨਾਨੀਆਂ ਬੀਬੀਆਂ ਜਿਹੜੀਆਂ ਨੇ ਮੁਰਦੇ ਦੇ ਪਿੱਛੇ ਰੋਂਦੀਆਂ ਹੋਈਆਂ ਵਾਲ ਖਲਾਰ ਕੇ ਬੈਠ ਪਾਉਂਦੀਆਂ ਖਲਾਉਂਦੀਆਂ ਹੋਈਆਂ ਤੁਰੀਆਂ ਆਉਂਦੀਆਂ ਲਲਾ ਦੇਵੀ ਨੇ ਵੇਖਿਆ। ਕਹਿਣ ਲੱਗਾ ਵੀ ਜਨਾਨੀਆਂ ਰੋਂਦੀਆਂ ਪਈਆਂ ਵਾਲ ਖਲਾਰ ਕੇ ਬੜਾ ਸ਼ਗਨ ਹੈ, ਇਹ ਵੀ ਇਹਦੇ ਮੱਥੇ ਲੱਗਾ ਹੈ। ਸ਼ਿਵਾ ਬਮਤ ਮੰਨੀ ਚੁਕਣਾ ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਸ਼ਿਵਾ ਬਮਤ ਸ਼ਿਵਾ ਤੋਂ ਭਾਵ ਹੁੰਦਾ ਹੈ। ਸੋ ਕਹਿਣ ਲੱਗੇ ਗੁਰਮੁਖੋ ਜਿਹੜੇ ਗਿੱਦੜ ਨੇ ਗਿੱਦੜ ਜਿਹੜੇ ਨੇ ਉਹ ਕੂਕਦੇ ਪੈ ਚੀਕਾਂ ਮਾਰਦੇ ਪੈ ਗਿੱਦੜਾਂ ਦੀ ਹੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਹੋਰ ਉੱਠੇ ਚੌਂ ਦਿਸ਼ਵਰ ਤੇ ਕਹਿਣ ਲੱਗੇ ਚਾਰ ਸਵੇਰੇ ਖੋਤੇ ਜਿਹੜੇ ਨੇ ਖੋਤਿਆਂ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਹ ਜਿਹੜੇ ਲੋਕ ਅਪਸ਼ਗਨ ਦੀ ਵਿਚਾਰ ਕਰਦੇ ਸੋ ਇਹ ਗੱਲਾਂ ਗਿਣੀਆਂ ਜਾਂਦੀਆਂ ਵੀ ਖੋਤਾ ਰੋਣ ਲੱਗ ਪਵੇ ਜਾਂ ਹਿਣਕਣ ਲੱਗ ਪਵੇ, ਇਸੇ ਤਰ੍ਹਾਂ ਗਿੱਦੜ ਰੋਣ ਲੱਗ ਪਵੇ। ਇਹ ਜਿਹੜੇ ਲੋਕ ਜਦੋਂ ਬੋਲਦੇ ਨੇ ਰੋਂਦੇ ਨੇ ਉਸ ਵੇਲੇ ਕੁਝ ਲੋਕਾਂ ਦੇ ਮਨ ਵਿੱਚ ਫਿਰ ਭਰਮ ਬਣਦਾ ਵੀ ਇਹ ਮਾੜਾ ਸ਼ਗਨ ਹੋਇਆ ਹੈ। ਕਹਿਣ ਲੱਗੇ ਵੀ ਇਹ ਮੰਦੀ ਮਤ ਵਾਲੇ ਇਹਨਾਂ ਨੂੰ ਸਮਝ ਕੋਈ ਨਹੀਂ ਆਈ ਵੀ ਅਸੀਂ ਗੁਰੂ ਦੇ ਵੱਲ ਚੱਲੇ ਆ ਫੌਜ ਲੈ ਕੇ, ਸਾਡੇ ਰਸਤੇ ਵਿੱਚ ਬਾਲਣ ਮਿਲਿਆ ਮੁਰਦਾ ਮਿਲਿਆ ਇਸਤਰੀਆਂ ਰੋਂਦੀਆਂ ਮਿਲੀਆਂ ਗਲੇ ਰੋਂਦੇ ਮਿਲੇ ਵੀ ਇਹਦੇ ਵਿੱਚ ਸਾਡਾ ਨੁਕਸਾਨ ਹੈ, ਪਰ ਇਸ ਗੱਲ ਦੀ ਇਹਨਾਂ ਨੂੰ ਕੋਈ ਸਮਝ ਨਹੀਂ ਹੈ। ਕਹਿਣ ਲੱਗੇ ਵੀ ਇਸੇ ਤਰ੍ਹਾਂ ਸੋ ਕੋਈਆ ਪਾਏ ਕੋਈ ਚੱਲਦਾ ਹੈ ਤੇ ਕੋਈ ਉਸ ਵੇਲੇ ਬੈਠਾ ਹੈ ਜਿੰਨੇ ਪਿੰਡ ਆਏ ਮਿੱਟੀ ਦੇ ਨਾਲ ਸਾਰੇ ਢੱਕੇ ਗਏ। ਇੰਨੀ ਵੱਡੀ ਫੌਜ ਇੰਨੀ ਛੇਤੀ ਨਾਲ ਚੱਲੀ ਹੈ, ਘੋੜਿਆਂ ਦੇ ਪੌਂਡ ਵੱਜ ਵੱਜ ਕੇ ਧੂੜ ਉੱਡੀ ਹੈ, ਰਸਤੇ ਦੇ ਪਿੰਡ ਦਿਖਾਈ ਨਹੀਂ ਦਿੰਦੇ, ਇਸ ਤਰ੍ਹਾਂ ਦਾ ਹਨੇਰਾ ਹੋਇਆ। ਸੋ ਗੁਰਮੁਖੋ ਇਹ ਜਿਹੜੇ ਅਪਸ਼ਗਨ ਨੇ ਇਹ ਕਵੀ ਜੀ ਨੇ ਕਵਿਤਾ ਦਾ ਸ਼ਿੰਗਾਰ ਬਣਾਉਣ ਵਾਸਤੇ ਸਵਾਦ ਬਣਾਉਣ ਵਾਸਤੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਹੈ, ਪਰ ਗੁਰਮਤਿ ਵਿੱਚ ਇਹਨਾਂ ਦਾ ਕੋਈ ਬਹੁਤਾ ਸਥਾਨ ਨਹੀਂ ਹੈ, ਕੋਈ ਲੈਣਾ ਦੇਣਾ ਨਹੀਂ ਹੈ। ਇਸ ਨੂੰ ਆਪਣੇ ਮਨ ਵਿੱਚ ਬਿਠਾ ਨਹੀਂ ਲੈਣਾ ਵੀ ਇਹ ਅਪਸ਼ਗਨ ਹੈ ਤੇ ਮੈਂ ਕਿਤੇ ਚੱਲਿਆ ਤੇ ਮੇਰੇ ਨਾਲ ਇੱਦਾਂ ਨਾ ਹੋਵੇ। ਜਿਹਦੇ ਕੋਲ ਗੁਰੂ ਨਾਨਕ ਸਾਹਿਬ ਦੀ ਬਾਣੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਹੈ, ਸਦਿਆ ਰਹਿਰਾ ਸਾਹਿਬ ਦੇ ਨਾਲ ਹੈ, ਉਹਦੇ ਉੱਪਰ ਇਹ ਸ਼ਗਨ ਅਪਸ਼ਗਨ ਜਿਹੜਾ ਲਾਗੂ ਨਹੀਂ ਹੁੰਦਾ। ਪਰ ਜਿਹੜੇ ਸੰਸਾਰ ਦੇ ਮਨਮੁਖ ਲੋਕ ਨੇ ਉਹ ਕਰਦੇ ਨੇ ਤੇ ਕਰੀ ਜਾਣ, ਉਹਨਾਂ ਨਾਲ ਸਾਡਾ ਵਾਹ ਵਾਸਤਾ ਨਹੀਂ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜਦੋਂ ਫੌਜ ਲੈ ਕੇ ਲਲਾ ਵੇਗ ਚੱਲਿਆ ਤੇ ਉਸ ਵੇਲੇ ਸਿਆਲ ਦੀ ਰੁੱਤ ਸੀ, ਜਿਹਨੂੰ ਆਪਾਂ ਪੋਹ ਮਾਘ ਦੇ ਦਿਨ ਕਹਿ ਦਿੰਦੇ ਨਾ, ਠੰਡੀ ਰੁੱਤ ਠੰਡ ਦੀ ਰੁੱਤ ਬੜੀ ਅੱਜ ਕੜਾਕੇ ਦੀ ਠੰਡ ਹੈ ਤੇ ਕਹਿ ਲੈਂਦੇ ਬੜਾ ਪਾਲਾ ਹੈ। ਸਾਰਾ ਦਿਨ ਲਲਾ ਵੇਗ ਨੇ ਫੌਜ ਬਹਿ ਨਹੀਂ ਦਿੱਤੀ, ਇੱਕ ਤੇ ਹੰਕਾਰ ਹੈ ਵੀ ਮੈਂ ਬਾਦਸ਼ਾਹ ਦਾ ਕੰਮ ਕਰਨ ਚੱਲਿਆ, ਦੂਜਾ ਬਾਦਸ਼ਾਹ ਨੇ ਆਖਿਆ ਵੀ ਰਸਤੇ ਵਿੱਚ ਟੈਂਪ ਨਹੀਂ ਲਾਉਣਾ, ਇਸ ਕਰਕੇ ਸਾਰਾ ਦਿਨ ਇਹਨੇ ਫੌਜ ਨੂੰ ਟਿਕਣ ਨਹੀਂ ਦਿੱਤਾ ਹੈ। ਰਾਤ ਪੈ ਗਈ, ਕੁਝ ਫੌਜੀਆਂ ਨੇ ਆਖਿਆ ਵੀ ਲਲਾ ਵੇਗ ਥੋੜਾ ਆਰਾਮ ਨਾ ਕਰੀਏ, ਰਾਤ ਪੈ ਗਈ ਹੈ। ਕਹਿਣ ਲੱਗਾ ਨਾ ਨਾ ਬਿਲਕੁਲ ਆਰਾਮ ਨਹੀਂ ਕਰਨਾ, ਬਾਦਸ਼ਾਹ ਦਾ ਹੁਕਮ ਹੈ ਸ਼ਿੰਦੀ ਮੁਮਕਿਨ ਹੈ, ਰਾਤ ਵੀ ਨਹੀਂ ਟਿਕਣਾ ਹੈ, ਰਾਤ ਵੀ ਫੌਜ ਨੂੰ ਚੱਲਣ ਦਾ ਹੁਕਮ ਦੇ ਕੇ ਨਾਲ ਲੈ ਕੇ ਕਰਨਾ ਹੈ। ਕਹਿਣ ਲੱਗੇ ਵੀ ਕੋਈ ਅੱਗੇ ਕੋਈ ਪਿੱਛੇ, ਇਸ ਤਰ੍ਹਾਂ ਸਾਰੇ ਜੁੜੇ ਜਾਂਦੇ ਹਨ। ਫਿਰ ਇਹਨਾਂ ਨੇ ਸ਼ਰਾਬ ਦੇ ਡਰੰਮ ਭਰ ਕੇ ਨਾਲ ਲੈ ਗਏ, ਗੱਡੇ ਜਿਹੜੇ ਸਨ ਵੱਡੇ ਵੱਡੇ ਡਰੰਮਾਂ ਦੇ ਨਾਲ ਸ਼ਰਾਬ ਦੇ ਨਾਲ ਭਰੇ ਹੋਏ। ਜਦੋਂ ਠੰਡ ਲੱਗਦੀ ਹੈ ਉਦੋਂ ਗਲਾਸ ਕੱਢ ਕੇ ਵਿੱਚੋਂ ਪੀ ਲੈਂਦੇ, ਜਦੋਂ ਠੰਡ ਲੱਗਦੀ ਹੈ ਫਿਰ ਪੀ ਲੈਂਦੇ। ਹੁਣ ਮੁਕਤ ਦੀ ਸ਼ਰਾਬ ਪੀਣ ਵਾਸਤੇ ਮਿਲੀ ਹੈ ਤੇ ਠੰਡ ਦਾ ਤੇ ਬਹਾਨਾ ਕਈ ਐਵੇਂ ਲੱਗ ਜਾ ਮਰੋੜ ਕੇ ਛੂ ਛੂ ਕਰਕੇ, ਮੈਨੂੰ ਤੇ ਜੁਕਾਮ ਲੱਗ ਚੱਲਿਆ ਠੰਡ ਦੇ ਨਾਲ ਤੇ ਛੇਤੀ ਨਾਲ ਮੈਂ ਆਪਣਾ ਜੁਕਾਮ ਦੂਰ ਕਰ ਲਵਾਂ, ਇਸ ਤਰ੍ਹਾਂ ਬਹਾਨੇ ਦੇ ਨਾਲ ਉਹ ਸ਼ਰਾਬ ਪੀ ਪੀ ਕੇ ਮਸਤ ਹੁੰਦੇ ਜਾਂਦੇ ਨੇ, ਸ਼ਰਾਬ ਦਾ ਲੂਰ ਚੜ੍ਹਦਾ ਜਾਂਦਾ ਤੁਰੇ ਜਾਂਦੇ ਹਨ। ਤੇ ਨਾਲੇ ਫਿਰ ਬੁਕਾਰਾ ਕਹੀਏ ਦਲਕਾਰਾ ਮਾਰਦੇ ਨੇ, ਫੜਕਾ ਮਾਰਦੇ ਨੇ ਇੱਕ ਦੂਜੇ ਨੂੰ ਸੁਣਾਉਂਦੇ ਨੇ, ਕਿਉਂ
ਕਿਉਂਕਿ ਸ਼ਰਾਬ ਦਾ ਨਸ਼ਾ ਚੜ੍ਹਦਾ ਜਾਂਦਾ ਹੈ ਅਤੇ ਸ਼ਰਾਬੀ ਬੰਦਾ ਜੇ ਰਸਤੇ ਦੇ ਥੱਲੇ ਦੇ ਹਵਾ ਦੇ ਨਾਲ ਜ਼ਿਆਦਾ ਅਸਰ ਹੁੰਦਾ, ਜ਼ਿਆਦਾ ਸ਼ਰਾਬ ਚੜ੍ਹ ਜਾਂਦੀ ਹੈ। ਕਹਿਣ ਲੱਗੇ ਜਦੋਂ ਸ਼ਰਾਬ ਦਾ ਨਸ਼ਾ ਚੜ੍ਹਿਆ ਇਸ ਤਰ੍ਹਾਂ ਤਲਕਾਰੇ ਮਾਰਦੇ ਹਨ। ਕਹਿਣ ਲੱਗੇ ਵੀ ਕਿਹੜਾ ਗੁਰੂ ਜਿਹੜਾ ਸਾਡੇ ਨਾਲ ਇਸ ਵੇਲੇ ਜੰਗ ਕਰੇ, ਕਿਉਂਕਿ ਨਸ਼ੇ ਦੇ ਵਿੱਚ ਕਿਧਰ ਵੀ ਸ਼ੇਰ ਬਣ ਜਾਂਦਾ, ਦਲੇਰੀ ਵੱਧ ਜਾਂਦੀ ਹੈ। ਇਹਨਾਂ ਦੀ ਫੌਜ ਵੱਡੀ ਹੈ, ਘਰ ਤੇ ਪਹਿਲਾਂ ਹੀ ਜ਼ਿਆਦਾ ਤੋਲ ਹੈ, ਉੱਤੋਂ ਨਸ਼ੇ ਦੇ ਨਾਲ ਨਸ਼ਈ ਹੋ ਗਏ, ਹੁਣ ਇਹਨਾਂ ਨੂੰ ਗੁਰੂ ਕੁਝ ਵੀ ਨਹੀਂ ਦਿਸਦਾ। ਕਹਿਣ ਲੱਗੇ ਕਿਹੜਾ ਉਹ ਗੁਰੂ ਜਿਹੜਾ ਸਾਡੇ ਨਾਲ ਹੁਣ ਜੰਗ ਕਰਨਾ ਕਰੇਗਾ। ਕਿਤੇ ਇਹ ਨਾ ਹੋਵੇ ਕਿ ਦੂਜੇ ਨੂੰ ਕਹਿੰਦੇ ਹੋ ਫਲਾਣਿਆ, ਇਹ ਨਾ ਹੋਵੇ ਵੀ ਆਪਾਂ ਤਿਆਰ ਹੋ ਕੇ ਜਾਈਏ ਕਿ ਅੱਗੋਂ ਗੁਰੂ ਭੱਜ ਜਾਵੇ ਤੇ ਜੰਗ ਲੜਨ ਦਾ ਕਿਤੇ ਮੌਕਾ ਹੀ ਨਾ ਮਿਲੇ। ਮੈਂ ਤੇ ਜੰਗ ਕਰਨੀ ਬੜੀ ਚਾਹੁੰਦਾ, ਮੇਰੇ ਹੱਥਾਂ ਵਿੱਚ ਬੜੀ ਗੁਰਪੋ ਰਹੀ ਹੈ ਜੰਗ ਕਰਨ ਵਾਸਤੇ, ਕਿਤੇ ਗੁਰੂ ਭੱਜ ਨਾ ਜਾਵੇ। ਆਪਸ ਵਿੱਚ ਗੱਲਾਂ ਕਰਦੇ ਹਨ, ਗੁਰੂ ਕਿਤੇ ਨਾ ਭੱਜ ਜਾਵੇ, ਜਿੰਨਾ ਚਿਰ ਅਸੀਂ ਪਹੁੰਚੀਏ ਨਾ ਗੁਰੂ ਉੱਥੇ ਗੁਰਤਾ ਹੀ ਰਵੇ, ਇਹ ਸਾਡੀ ਮੁਰਾਦ ਪੂਰੀ ਕਰ। ਜਦੋਂ ਅਸੀਂ ਮਿਲੀਏ ਗੁਰੂ ਨੂੰ ਮਾਰ ਕੇ ਤੇ ਬਾਦਸ਼ਾਹ ਦੇ ਘੋੜੇ ਲਿਆ ਕੇ ਬਾਦਸ਼ਾਹ ਨੂੰ ਗੱਲਾਂ ਕਰੀਏ, ਇਹ ਵੀ ਗੱਲ ਸਾਨੂੰ ਚੰਗੀ ਨਹੀਂ ਹੈ। ਇਹ ਕਹਿੰਦੇ ਸਿਪਾਹੀ ਵੀ ਇਹ ਨਾ ਹੋਵੇ ਵੀ ਅਸੀਂ ਜਾਈਏ ਤੇ ਗੁਰੂ ਸਾਡੇ ਅੱਗੇ ਹੱਥ ਜੋੜੇ ਵੀ ਚਲੋ ਮੈਨੂੰ ਮਾਫ਼ ਕਰ ਦਿਓ ਤੇ ਆਹ ਬਾਦਸ਼ਾਹ ਦੇ ਘੋੜੇ ਨੇ ਤੁਸੀਂ ਲੈ ਜਾਓ, ਏਦਾਂ ਵੀ ਨਾ ਹੋਵੇ। ਗੁਰੂ ਮਿਲਦਾ ਵੀ ਮਿਲੇ ਪਰ ਗੁਰੂ ਸਾਡੇ ਅੱਗੇ ਹੱਥ ਨਾ ਬਿਲਕੁਲ ਜੋੜੇ, ਸਾਡੇ ਅੱਗੇ ਮਿਹਨਤ ਨਾ ਕਰੇ ਅਤੇ ਸਾਨੂੰ ਆਪਣੇ ਆਪ ਘੋੜੇ ਨਾ ਦੇਵੇ, ਸਾਨੂੰ ਇਹ ਵੀ ਗੱਲ ਮਨਜ਼ੂਰ ਨਹੀਂ ਹੈ। ਸਾਨੂੰ ਮਿਲੇ ਜ਼ਰੂਰ ਪਰ ਮਿਹਨਤ ਨਾ ਕਰੇ, ਸਾਡੇ ਸਾਹਮਣੇ ਹੋ ਕੇ ਸਗੋਂ ਲੜੇ, ਲੋਹੇ ਦੇ ਨਾਲ ਲੋਹਾ ਵਜੇ, ਫਿਰ ਪਤਾ ਲੱਗੇ ਕਿਹੜੇ ਸੂਰਮੇ ਵਿੱਚ ਕਿੰਨਾ ਫਲ ਹੈ, ਇਹ ਸਾਡੀ ਮੁਰਾਦ ਪੂਰੀ ਹੋਵੇ। ਇਸ ਤਰ੍ਹਾਂ ਜੰਗ ਦਾ ਅਖਾੜਾ ਲੱਗੇ ਮਰਨ ਮਰੋੜਾ ਹੋਣਾ ਕਰੇ, ਜੇ ਗੁਰੂ ਅੱਗੇ ਡਟ ਗਿਆ ਸਾਡੇ ਅੜ ਗਿਆ ਤੇ ਫਿਰ ਮਨ ਭਾਉਂਦੀ ਅਸੀਂ ਲੜਾਈ ਕਰਾਂਗੇ, ਮਨ ਭਾਉਂਦੇ ਸ਼ਸਤਰਾਂ ਦੇ ਪਾਰ ਹੋਣਗੇ। ਜਾਂ ਗੁਰੂ ਨੂੰ ਮਾਰ ਲਵਾਂਗੇ ਤੇ ਜਾਂ ਗੁਰੂ ਨੂੰ ਫੜ ਲਵਾਂਗੇ, ਦੋਨਾਂ ਕੰਮਾਂ ਵਿੱਚੋਂ ਇੱਕ ਜ਼ਰੂਰ ਕਰਨਾ, ਗੁਰੂ ਨੂੰ ਜਾਂ ਮਾਰ ਦੇਵਾਂਗੇ ਜਾਂ ਪਕੜ ਕੇ ਕੈਦ ਕਰਾਂਗੇ। ਸਤਪੁੱਤਰਾਂ ਨੂੰ ਮਿਲੀ ਕਿਰਪਾਸਾ ਤੋਂ, ਕਹਿਣ ਲੱਗੇ ਚੱਲਦਿਆਂ ਚੱਲਦਿਆਂ ਲਾਹੌਰ ਤੋਂ ਇਹ ਹਰੀ ਕੇ ਪੱਤਨ ਆ ਗਏ ਜਿੱਥੇ ਬਿਆਸ ਤੇ ਸਤਲੁਜ ਦਰਿਆ ਦੋਵਾਂ ਦਾ ਸੰਗਮ ਹੁੰਦਾ ਹੈ। ਹਰੀ ਕੇ ਪੱਤਨ, ਕਹਿਣ ਲੱਗੇ ਚੱਲਦੀ ਚੱਲਦੀ ਬਾਦਸ਼ਾਹ ਦੀ ਫੌਜ ਹਰੀ ਕੇ ਪੱਤਨ ਤੇ ਪਹੁੰਚ ਗਈ ਹੈ। ਦੋਵੇਂ ਨਦੀਆਂ ਅੱਗੇ ਇਕੱਠੀਆਂ ਇਹਨਾਂ ਨੂੰ ਮਿਲੀਆਂ ਹਨ। ਕਹਿਣ ਲੱਗੇ ਵੀ ਬਹੁਤ ਜ਼ਿਆਦੀਆਂ ਬੇੜੀਆਂ ਲਲਾਵੇ ਤੇ ਹੁਕਮ ਦੇ ਕੇ ਬੜੇ ਘਾਟਾਂ ਦੀਆਂ ਸਾਰੇ ਦਰਿਆਵਾਂ ਦੀਆਂ ਨੇੜੇ ਨੇੜੇ ਦੀਆਂ ਬੇੜੀਆਂ ਮਗਾ ਕੇ, ਕਿਉਂਕਿ 35,000 ਦੀ ਗਿਣਤੀ ਦੀ ਫੌਜ ਪਾਰ ਹੋ ਗਈ ਹੈ। ਦੋ ਚਾਰ ਬੇੜੀਆਂ ਦੇ ਬਸ ਦੀ ਗੱਲ ਨੀ, ਬਹੁਤੀਆਂ ਬੇੜੀਆਂ ਜਿਹੜੇ ਮਲਾਹ ਸਨ ਉਹਨਾਂ ਨੂੰ ਕਹਿ ਕੇ ਇਹਦੇ ਉਸ ਵੇਲੇ ਮਗਾਈਆਂ ਹਨ। ਕਹਿਣ ਲੱਗੇ ਵੀ ਏਡੀ ਵੱਡੀ ਫੌਜ ਨੂੰ ਪਾਰ ਕਰਨ ਵਾਸਤੇ ਮਲਾਹਾਂ ਨੂੰ ਸਾਰੀ ਰਾਤ ਲੱਗੀ, ਸਾਰੀ ਰਾਤ ਮਲਾਹ ਜਿਹੜੇ ਇਹ ਲਲਾ ਬੇਦ ਦੇ ਸਿਪਾਹੀਆਂ ਨੂੰ ਭਰ ਭਰ ਕੇ ਤੇ ਢੋਂਦੇ ਰਹਿ, ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਛੱਡਦੇ ਰਹਿ, ਸਾਰੀ ਰਾਤ ਇੰਨੀ ਵੱਡੀ ਫੌਜ ਪਾਰ ਹੁੰਦਿਆਂ ਲੰਘਦੀ ਹੈ। ਪਠਾਨ ਸੋ ਕਈ ਹਜ਼ਾਰ, ਕਹਿਣ ਲੱਗੇ ਮੁਗਲ ਤੇ ਪਠਾਨ ਕਈ ਹਜ਼ਾਰ ਦੀ ਇਹਨਾਂ ਦੀ ਗਿਣਤੀ ਹੈ। ਸਿੱਖ ਕੀ ਸੁਤਾ ਜੋ ਕੀ ਦਾ, ਇੱਧਰ ਕਹਿਣ ਲੱਗੇ ਵੀ ਸਿੱਖ ਜਿਹੜਾ ਹੈ ਨਾ ਉਹਦੀ ਸੁਪੁੱਤਰੀ ਜਿਹੜੀ ਭਾਈ ਜੋਧ ਦੀ ਘਰ ਵਾਲੀ ਹੈ, ਭਾਈ ਜੋਧ ਹੁਣ ਗੁਰੂ ਦਾ ਸਿੱਖ ਬਣਿਆ ਪਰ ਬਣਿਆ ਹੈ ਆਪਣੀ ਸੁਪਤਨੀ ਕਰਕੇ, ਕਿਉਂਕਿ ਉਹਦੀ ਸੁਪਤਨੀ ਜਿਹੜੀ ਹੈ ਉਹ ਸਿੱਖ ਦੀ ਪੁੱਤਰੀ ਹੈ ਤੇ ਉਸਨੇ ਗੁਰੂ ਘਰ ਦੀ ਮਹਿਮਾ ਜਾਣ ਕੇ ਵੇਖ ਲਿਆ, ਉਹਨੂੰ ਕਿਤੇ ਪਤਾ ਲੱਗ ਗਿਆ ਕਿ ਬਾਦਸ਼ਾਹ ਦੀ ਫੌਜ ਆਉਂਦੀ ਪਈ ਹੈ। ਜਦੋਂ ਉਸਨੂੰ ਇਸ ਗੱਲ ਦਾ ਪਤਾ ਲੱਗਾ ਹੈ, ਉਸਨੇ ਕੀ ਕੀਤਾ ਵੀ ਇੱਕ ਥਾਲ ਜਿਹੜਾ ਸੀ ਨਾ ਧਰਤੀ ਤੇ ਰੱਖਿਆ ਹੋਇਆ ਸੀ, ਇੱਕ ਥਾਲ ਧਰਤੀ ਤੇ ਪਿਆ ਹੋਇਆ ਹੈ, ਇਸਮੇ ਮੁਕਤਾ ਚਾਰੂ ਸੁਗਾਰ, ਉਹਦੇ ਵਿੱਚ ਕੁਝ ਮੋਤੀ ਜਿਹੜੇ ਸਾਨੂੰ ਪਾਏ ਹੋਏ ਸਨ। ਕਰਨਾਤ ਸੁਧਾਰ ਸੋਏ, ਉਹ ਕਹਿਣ ਲੱਗੇ ਵੀ ਉਹ ਥਾਲ ਦੇ ਵਿੱਚ ਰੱਖ ਕੇ ਨੱਥ ਇਤਿਆਦਿ ਦੀ ਠੀਕ ਕਰਦੀ ਪਈ ਸੀ, ਸੋ ਇੱਕ ਥਾਲ ਵਿੱਚ ਸੋ ਕੁਝ ਮੋਤੀ ਰੱਖ ਕੇ ਤੇ ਨੱਥ ਦੇ ਵਿੱਚ ਪਰੋ ਰਹੀ ਸੀ ਧਾਗੇ ਦੇ ਵਿੱਚ। ਕਹਿਣ ਲੱਗੇ ਇਸ ਤਰ੍ਹਾਂ ਉਸ ਵੇਲੇ ਮੰਦ ਮੰਦ ਸੋ ਥਰਕਣ ਹੋਏ, ਕਹਿਣ ਲੱਗੇ ਵੀ ਜਦੋਂ ਉਹ ਥਾਲ ਰੱਖਿਆ ਸੀ ਨਾ ਧਰਤੀ ਤੇ, ਇੰਨੀ ਵੱਡੀ ਫੌਜ ਘੋੜਿਆਂ ਦੇ ਉੱਪਰ ਜਦੋਂ ਚੱਲਦੀ ਪਈ ਹੈ, ਉਹ ਜਿਹੜੇ ਮੋਤੀ ਪਏ ਸਨ ਥਾਲ ਵਿੱਚ ਹਿੱਲਣ ਲੱਗ ਪਏ, ਜਿਵੇਂ ਵਿਸ਼ਾਲ ਆਉਂਦਾ ਨਾ ਥੋੜਾ ਜਿਹਾ ਕੰਬਣੀ ਛਿੜਦੀ ਹੈ, ਕੋਈ ਭਾਂਡਾ ਕੰਬਦਾ ਹੈ ਤੇ ਵਿੱਚ ਮੋਤੀ ਭੁਰਫਣ ਲੱਗ ਪੈਂਦੇ। ਕਹਿਣ ਲੱਗੇ ਉਹ ਜਿਹੜੇ ਮੋਤੀ ਸਨ ਥਾਲ ਦੇ ਵਿੱਚ ਉਹ ਥੋੜੇ ਥੋੜੇ ਹਿੱਲਣ ਲੱਗ ਪਏ,
ਏਡੀ ਵੱਡੀ ਫੌਜ ਘੋੜਿਆਂ ਦੀਆਂ ਟਾਪਾਂ ਪਾਈ ਦੀਆਂ ਧਰਤੀ ਦੇ ਨਾਲ ਤੇ ਧਰਤੀ ਵੀ ਜਿਹੜੀ ਆ ਕੰਪਨ ਕਰਦੀ ਪਈ ਹਿਲਦੀ ਪਈ ਹੈ। ਕਹਿ ਲੈਂਦੇ ਵੀ ਸਿੱਖ ਦੀ ਪੁੱਤਰੀ ਨੇ ਦੇਖਿਆ ਵੀ ਇਹ ਬੋਤੀ ਹਿਲਦੇ ਕਿਉਂ ਪਏ ਨੇ, ਕਿਉਂ ਇਹਦੇ ਵਿੱਚ ਰੁਕਦੇ ਪਏ ਨੇ ਇੱਧਰ ਉੱਧਰ। ਕਹਿਣ ਲੱਗੇ ਫਿਰ ਉਸ ਵੇਲੇ ਇਹ ਬੜੀ ਸਿਆਣੀ ਬੀਬੀ ਹੈ, ਇਸ ਨੇ ਦੇਖਿਆ ਬੋਤੀਆਂ ਨੂੰ ਚੰਗੀ ਤਰ੍ਹਾਂ ਪਰਖਿਆ ਹੈ। ਉਸਨੇ ਸੋਚਿਆ ਕਿ ਮੋਤੀ ਪਹਿਲਾਂ ਦੇ ਜਿੱਥੇ ਵਿੱਚ ਬਿਠਾਏ ਸਨ ਚੁੱਪ ਕਰਕੇ ਖੋਲਤੇ ਸਨ, ਹੁਣ ਹੀ ਇੱਧਰ ਉੱਧਰ ਹਿਲਦੇ ਨੇ, ਮਾੜੇ ਮਾੜੇ ਥਾਲੀ ਵਿੱਚੋਂ ਬਾਹਰ ਟੱਪਦੇ ਪਏ ਨੇ। ਇਹ ਕਾਰਨ ਕੀ ਹੈ? ਚੰਗੀ ਤਰ੍ਹਾਂ ਵੇਖਿਆ ਹੈ, ਵਾਰ ਵਾਰ ਚੰਗੀ ਤਰ੍ਹਾਂ ਵੇਖਿਆ। ਫਿਰ ਉਸ ਵੇਲੇ ਇਸਨੇ ਦੇਖ ਲਿਆ ਕਿ ਇਹਦੇ ਬਾਦਸ਼ਾਹ ਦੀ ਫੌਜ ਬਾਹਰ ਤੁਰੀ ਜਾਂਦੀ ਹੈ, ਕੋਠੇ ਤੇ ਚੜ ਗਈ, ਵੀ ਕਾਰਨ ਕੀ ਹੈ? ਜਦੋਂ ਚੰਗੀ ਤਰ੍ਹਾਂ ਧਿਆਨ ਲਾ ਕੇ ਵੇਖਿਆ ਤੇ ਬੜੀ ਵੱਡੀ ਫੌਜ ਘੋੜਿਆਂ ਦੇ ਹਿਣਕਣ ਦੀ ਆਵਾਜ਼ ਤੇ ਮਸ਼ਾਲਾਂ ਜਲਦੀਆਂ ਪਈਆਂ, ਮਤਲਬ ਵੀ ਪੂਰਾ ਰਾਹ ਹੀ ਜਿਹੜਾ ਹੈ ਉਹ ਜਗਦਾ ਜਾਂਦਾ ਹੋਵੇ, ਇਸ ਤਰ੍ਹਾਂ ਇਸਨੇ ਦੇਖਿਆ ਹੈ। ਉਸ ਵੇਲੇ ਮਨ ਵਿੱਚ ਸੋਚਦੀ ਹੈ ਵੀ ਇੱਥੋਂ ਤੱਕ ਧਰਤੀ ਹਿਲਦੀ ਪਈ ਹੈ ਜਿੱਥੇ ਮੈਂ ਬੈਠੀ ਹਾਂ, ਇਹ ਕਿੰਨੀ ਵੱਡੀ ਫੌਜ ਔਰ ਕਿੰਨਾ ਇਹਨਾਂ ਕੋਲ ਅਸਲਾ ਤੇ ਬਰੂਦ ਹੋਵੇਗਾ, ਇਹ ਮਨ ਵਿੱਚ ਜਾਣ ਕੇ। ਕਿਉਂਕਿ ਜਿਹੜੇ ਘੋੜੇ ਨੇ ਉਹਨਾਂ ਦੇ ਸੁੰਮ ਜਿਹੜੇ ਪੈਰ ਦੀਆਂ ਤੁਰੀਆਂ ਨੇ ਤੁਰੀਆਂ ਦੇ ਥੱਲੇ, ਸੋ ਕਹਿਣ ਲੱਗੇ ਸੁੰਮ ਚਾੜੇ ਹੋਏ ਨੇ। ਜਦੋਂ ਪੈਰ ਵੱਜਦਾ ਧਰਤੀ ਦੇ ਨਾਲ ਇੰਨੇ ਵੱਡੇ